ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਸਾ ਦੀ ਵਾਰ ਦਾ ਦੂਸਰਾ ਛੱਕਾ ਗਾਇਨ ਕਰਨਾ ਸਿੱਖਾਂਗੇ, ਮੇਰੀਆਂ ਭੈਣਾਂ ਦੇ ਸਕੇਲ ਤੋਂ ਅਤੇ ਛੋਟੇ ਬੱਚਿਆਂ ਦੇ ਸਕੇਲ ਤੋਂ। ਇੱਕ ਵਾਰ ਮੈਂ ਤਬਲੇ ਦੇ ਨਾਲ ਗਾਇਨ ਕਰਕੇ ਦੱਸਾਂਗਾ, ਉਸ ਤੋਂ ਬਾਅਦ ਉਸਦੀ ਸਰਗਮ ਨਾਲ ਹੀ ਤੁਹਾਨੂੰ ਗਾ ਕੇ ਦੱਸਾਂਗਾ। ਰਾਗ ਆਸਾ ਦੇ ਵਿੱਚ ਹੀ ਹੈ, ਆਸਾ ਰਾਗ ਦੇ ਸਵਰ ਤੁਹਾਨੂੰ ਪਤਾ ਹਨ। ਸਾ ਰੇ ਮਾ ਪਾ ਧਾ ਸਾ, ਸਾ ਨੀ ਧਾ ਪਾ ਮਾ ਗਾ ਸਾ ਰੇ ਗਾ ਸਾ। ਸ਼ੁਰੂਆਤ ਵਿੱਚ ਆਪਾਂ ਕਹਿਰਵਾ ਤਾਲ ਰੱਖਾਂਗੇ, ਅੱਠ ਮਾਤਰਾ ਦਾ ਤਾਲ ਹੈ ਕਹਿਰਵਾ। ਤਬਲੇ ਦਾ ਪੂੜਾ ਮੰਦਰ ਸਪਤਕ ਦੇ ਚੌਥੇ ਕਾਲੇ 'ਤੇ ਹੀ ਸ਼ੁਰੂ ਕੀਤਾ ਜਾਵੇਗਾ। ਸਰਗਮ ਦੇਖੋ, ਹਰ ਪ੍ਰੇਮ ਬਾਣੀ ਮਨ ਮਾਰਿਆ। ਸਰਗਮ ਸਾ ਸਾ ਮਾਰੇ ਮਾ ਮਾ ਪਾ ਪਾ ਧਾ ਨੀ ਧਾ ਧਾ ਪਾ 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 ਪਾ। ਸ਼ਬਦ ਹਰ ਪ੍ਰੇਮ ਬਾਣੀ ਮਨ ਮਾਰਿਆ। ਨੈਕਸਟ ਟਾਈਮ ਆਣੀਆਂ ਰਾਮ ਰਾਜ। ਸਰਗਮ ਮਾ ਪਾ ਧਾ ਪਾ ਮਾ ਗਾ ਰੇ ਸਾ ਗਾ ਸਾ ਰੇ ਸਾ। ਸ਼ਬਦ ਆਣੀਆਂ ਆਣੀਆਂ ਲੇ ਆਣੀਆਂ ਰਾਮ। ਨੈਕਸਟ ਲਾਈਨ ਸੇਮ ਸਰਗਮ ਜਿਸ ਲਾਗੇ ਪੀਰ ਪਿਰਮ ਕੀ ਸੋ ਜਾਣੈ ਜਰੀਆ ਜਾਣੈ ਜਰੀਆ ਜੀਵਨ ਮੁਕਤ ਸੁਮ ਆਖੀਐ। ਦੇਖੋ ਤੁਸੀਂ ਸਿੱਧਾ ਵੀ ਲੈ ਸਕਦੇ ਹੋ, ਰੇ ਮਾ ਪਾ ਧਾ ਨੀ ਧਾ ਪਾ। ਸ਼ਬਦ ਜੀਵਨ ਮੁਕਤ ਸੁਮ ਆਖੀਐ ਮਰ ਜੀਵੈ ਮਰੀਆ ਜੀਵੈ ਮਰੀਆ। ਸਰਗਮ ਮਾ ਪਾ ਧਾ ਪਾ ਮਾ ਗਾ ਰੇ ਸਾ ਗਾ ਸਾ ਰੇ ਸਾ। ਸ਼ਬਦ ਮਰ ਜੀਵੈ ਮਰੀਆ
ਜੀਵੇ ਮਾਰੀਆ। ਲਾਸਟ ਟਾਈਮ ਜਨ ਨਾਨਕ ਸਤ ਗੁਰ ਮੇਲ ਹਰ। ਸਰਗਮ ਦੇਖ ਲਓ, ਸਾ ਰੇ ਮਾ ਪਾ ਧਾ ਨੀ ਧਾ ਪਾ ਪਾ। ਜਨ ਸ਼ਬਦ ਜਨ ਨਾਨਕ ਸਤ ਗੁਰ ਮੇਲ ਹਰ। ਜਗ ਦੂਤਰ ਤਰੀਆ ਦੂਤਰ ਤਰੀਆ। ਇੱਥੇ ਖਤਮ ਕਰਨਾ ਹੈ, ਲਾਸਟ ਲਾਈਨ ਦੇਖ ਲਓ, ਜਨ ਨਾਨਕ ਸਤ ਗੁਰ ਮੇਲ ਹਰ। ਜਗ ਦੂਤਰ ਤਰੀਆ ਦੂਤਰ ਤਰੀਆ। ਸਰਗਮ ਮਾ ਪਾ ਧਾ ਪਾ ਮਾ ਗਾ ਰੇ ਸਾ ਗਾ ਸਾ ਰੇ ਸਾ। ਸ਼ਬਦ ਜਗ ਦੂਤਰ ਤਰੀਆ ਦੂਤਰ ਤਰੀਆ। ਫਿਰ ਇਸ ਤੋਂ ਬਾਅਦ ਸਲੋਕ ਸ਼ੁਰੂ ਹੋ ਜਾਣਾ ਹੈ। ਸਲੋਕ ਮਹੱਲਾ ਪਹਿਲਾ, ਦੋ ਦੋ ਲਾਈਨਾਂ ਤੁਸੀਂ ਇੱਕ ਇੱਕ ਸਵਰ ਤੇ ਬੋਲਣੀਆਂ ਹਨ, ਠੀਕ ਹੈ ਜੀ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚਾ ਸਬਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਛ ਕਛ। ਮਹੱਲਾ ਪਹਿਲਾ, ਜਦੋਂ ਮਹੱਲਾ ਆਏਗਾ ਜ਼ਿਆਦਾਤਰ ਤੁਸੀਂ ਸਾਹ 'ਤੇ ਪਹੁੰਚ ਜਾਣਾ ਹੈ, ਜਦੋਂ ਮਹੱਲਾ ਆਉਣਾ ਹੈ ਉੱਤੇ ਵਾਲੇ ਸਾਹ 'ਤੇ ਜਾਂ ਨੀਚੇ ਵਾਲੇ ਸਾਹ 'ਤੇ। ਫਿਰ ਮਹੱਲਾ ਪਹਿਲਾ ਜਿਹਦਾ ਵਿਚਕਾਰ ਸਿੰਘ ਬੈਠਾ ਹੁੰਦਾ, ਸਿੰਘ ਜਾਂ ਸਿੰਘਣੀ, ਉਹਨਾਂ ਨੇ ਗੁਰਨਾ ਹੈ ਵੱਡੀ ਵਡਾਈ ਜਾਂ ਵੱਡਾ ਨਾ ਆਓ ਵੱਡੀ ਵਡਾਈ ਜਾਂ ਸੱਚ ਨੇ ਆਓ ਵੱਡੀ ਵਡਾਈ ਜਾਂ ਨੀਚਲ ਥਾਓ ਵੱਡੀ ਵਡਾਈ ਜਾਣੇ ਆ ਲਾਓ ਵੱਡੀ ਵਡਾਈ ਬੁੱਝ ਸੰਭਾਓ ਵੱਡੀ ਵਡਾਈ ਜਾਂ ਪੁੱਛਣਾ ਦਾਤ ਵੱਡੀ ਵਡਾਈ ਜਾਂ ਆਪੇ ਆਪ ਨਾਨਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ। ਕਿੱਥੇ ਚੱਕਣਾ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਗ ਨਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਗੋ ਆਪ ਕਰੀ ਪ੍ਰਗਾਸ ਪੌੜੀ। ਫਿਰ ਇੱਥੇ ਪੌੜੀ ਤਬਲੇ ਦੇ ਨਾਲ ਸ਼ੁਰੂ ਹੋ ਜਾਣੀ ਹੈ ਪੌੜੀ ਨਾਨਕ ਦੇ ਪਾਏ ਪੈਰ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੈ ਚੁਣ ਵੱਖ ਕੱਢੇ ਚੱਜ ਮਾਲਿਆ ਥਾਓ ਨਾ ਪਾਏ ਪੂਰਿਆ ਮੂੰਹ ਕਾ ਲੈ ਦੋ ਜਗ ਚਾਲਿਆ ਤੇਰੇ ਨਾਇਕ ਤੇ ਸੱਜਣ ਗਏ ਹਾਰ ਗਏ ਸਿਠਕਣ ਵਾਲਿਆ ਲਿਖਣਾ ਪੌੜੀ। ਸਰਗਮ ਦੇਖੋ ਜਿਹੜੀ ਪਹਿਲੇ ਛੱਕੇ ਵਿੱਚ ਸਰਗਮ ਹੈ ਸੇਮ ਉਹੀ ਸਰਗਮ, ਪਰ ਤੁਸੀਂ ਇੱਕ ਵਾਰੀ ਫਿਰ ਦੇਖ ਲਓ ਪੌੜੀ ਸਾਰੇ ਨਾਨਕ ਜੀ ਉਪਾਏ ਕੈ
ਗਾ ਗਾ ਪਾ ਗਾ ਰੇ ਸਾ ਰੇ ਸਾ ਨਾਨਕ ਜੀ ਉਪਾਇ ਕੈ ਲਿਖਨਾ ਮੈਂ ਧਰਮ ਬਹਾਲਿਆ ਥੇ ਸੱਚੇ ਹੀ ਸੱਚ ਨਿਗੁੜੈ ਦੇਖੋ ਮਾ 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 ਧਾ ਧਾ ਪਾ ਪਾ ਗਾ ਗਾ ਰੇ ਸਾ ਤੇ ਰੇ ਸਾ ਲਿਖ ਸ਼ਬਦ ਦੇਖੋ ਲਿਖ ਨਾ ਬੈ ਧਰਮ ਬਹਾਲ ਉਠੈ ਸੱਚੇ ਸੱਚ ਨਿਭੜੈ ਇਕੱਠਾ ਇਕੱਠਾ ਬੋਲਣਾ ਹੈ ਉੱਥੇ ਸੱਚੇ ਉੱਥੇ ਸੱਚੇ ਹੀ ਸੱਚ ਨਿਭੜੈ ਨੈਕਸਟ ਲਾਈਨ ਸੇਮ ਸਰਗਮ ਚੋਂ ਵਾਖ ਕੱਢੇ ਜੱਜ ਮਾਲੇ ਥਾਉ ਨਾ ਪਾਇਨ ਕੂੜਿਆ ਮੋਹ ਕਾ ਲੈ ਦੋ ਜਗ ਚੱਲ ਤੇਰੇ ਨਾਇਰ ਤੇ ਸਿੱਜਣ ਗਏ ਹਾਰ ਗਏ ਸਿੱਠਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਧਰਮ ਬਹਾਲੇ ਲਿਖਣਾ ਮੈਂ ਧਰਮ ਬਹਾਲਿਆ ਅਲਾਟ ਸਰਗਮ ਦੇਖੋ ਗਾ ਪਾ ਧਾ ਸਾ ਲਿਖਣਾ ਮੈਂ ਰੇ ਰੇ ਸਾ ਸਾ ਧਰਮ ਬਹਾਲਿਆ ਧਾ ਮਾ ਧਾ ਪਾ ਧਰਮ ਬਹਾਲਿਆ ਲਿਖਣਾ ਮੈਂ ਧਰਮ ਬਹਾਲਿਆ ਪਾ ਗਾ ਗਾ ਰੇ ਸਾ ਲਿਖਣਾ ਮੈਂ ਧਰਮ ਬਹਾਲਿਆ ਇੱਥੇ ਖਤਮ ਇਸ ਤੋਂ ਬਾਅਦ ਲਾਸਟ ਵਿੱਚ ਤਬਲੇ ਵਾਲੇ ਸਿੰਘ ਨੇ ਪੌੜੀ ਬੋਲਣੀ ਹੈ ਇਕੱਲੇ ਨੇ ਪੌੜੀ ਨਾਲ ਵਿੱਚ ਹੀ ਉਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਸੱਚ ਨੇ ਬੜੇ ਚੁਣ ਵੱਕੜ ਜਜਮਾਲਿਆ ਇਹ ਹੋ ਗਿਆ ਹੈ ਤੁਹਾਡਾ ਆਸਾ ਦੀ ਵਾਰ ਦਾ ਦੂਸਰਾ ਛੱਕਾ ਨੈਕਸਟ ਵੀਡੀਓ ਵਿੱਚ ਆਪਾਂ ਆਸਾ ਦੀ ਵਾਰ ਦਾ ਤੀਸਰਾ ਛੱਕਾ ਗਾਇਨ ਕਰਨਾ ਸਿੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ